ਸਵਾਤੀ ਮਾਲੀਵਾਲ ਜੀ ਉੱਥੇ ਬੈਠੇ ਹੈਗੇ ਜੰਤਰ ਮੰਤਰ 'ਤੇ, ਅਤੇ ਅਸੀਂ ਹਰ ਉਸ ਔਰਤ ਦੇ ਨਾਲ ਖੜ੍ਹੇ ਹਾਂ ਅੱਜ ਮੋਗਾ ਦੇ ਲੇਡੀਜ਼, ਕਿ ਇਸ ਕਾਨੂੰਨ ਨੂੰ ਜਲਦੀ ਤੋਂ ਜਲਦੀ ਕਿਸੇ ਸਮਾਬੱਧ ਕੀਤਾ ਜਾਵੇ, ਕਿਉਂਕਿ ਕਾਨੂੰਨ ਤਾਂ ਹੈ ਬਟ ਉਹ ਲਾਗੂ ਨਹੀਂ ਹੁੰਦਾ ਕਿਤੇ ਨਾ ਕਿਤੇ। ਕਿਉਂ? ਕਿਉਂਕਿ ਲੋਕਾਂ ਨੂੰ ਡਰ ਹੀ ਨਹੀਂ ਹੈ। ਲੜਕੀਆਂ ਨੂੰ ਆਪਾਂ ਡਰਾ ਕੇ ਵੀ ਰੱਖ ਦਿਆਂਗੇ ਵੀ ਲੇਟ ਨਾਈਟ ਨਾ ਜਾਓ, ਉੱਥੇ ਨਾ ਜਾਓ, ਇੱਥੇ ਨਾ ਜਾਓ, ਬਟ ਲੜਕੀਆਂ ਨੂੰ ਕੋਈ ਪਾਬੰਦੀ ਨਹੀਂ ਹੈ। ਵੀ ਸਰਕਾਰ ਨੂੰ, ਕੇਂਦਰ ਸਰਕਾਰ ਨੂੰ, ਜੋ ਵੀ ਸਰਕਾਰ ਆ, ਉਹਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜੇ ਉਹ ਕਾਨੂੰਨ ਬਣਿਆ ਕਿ 6 ਮਹੀਨੇ 'ਚ ਕੈਦੀਆਂ ਨੂੰ ਸਜ਼ਾ ਹੋਣੀ ਚਾਹੀਦੀ, ਜੋ ਰੇਪਿਸਟ ਆ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ। ਇਸ ਕਾਨੂੰਨ ਨੂੰ ਜਲਦੀ ਤੋਂ ਜਲਦੀ ਕਿਸੇ ਸਮਾਬੱਧ ਕੀਤਾ ਜਾਵੇ। ਇਹ ਰੇਪ ਕੇਸਿਸ ਦੇ ਸੰਬੰਧ ਵਿੱਚ ਜਿਹੜੇ ਹੈਗੇ ਜਿੰਨੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ। ਇਸ ਸੰਬੰਧ ਵਿੱਚ ਅਸੀਂ ਅੱਜ ਕੈਂਡਲ ਮਾਰਚ ਕੱਢ ਰਹੇ ਹਾਂ ਲੇਡੀਜ਼। ਮੋਗਾ ਵਿਖੇ ਸਵਾਤੀ ਮਾਲੀਵਾਲ ਦੇ ਸਮਰਥਨ ਵਿੱਚ ਕੈਂਡਲ ਮਾਰਚ ਕੱਢ ਕੇ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਦਿੱਲੀ ਮਹਿਲਾ ਆਯੋਗ ਦੀ ਪ੍ਰਧਾਨ ਸਵਾਤੀ ਮਾਲੀਵਾਲ, ਜੋ ਕਿ ਦੁਸ਼ਕਰਮ ਪੀੜਤ ਮਹਿਲਾਵਾਂ ਦੇ ਹੱਕ ਵਿੱਚ ਕਾਨੂੰਨ ਬਣਾਉਣ ਲਈ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਜੰਤਰ ਮੰਤਰ 'ਚ ਆਮਰਣ ਅਨਸ਼ਨ 'ਤੇ ਬੈਠੀ ਹੋਈ ਆ, ਉਸ ਦੇ ਸਮਰਥਨ ਵਿੱਚ ਸ਼ਹਿਰ ਦੀਆਂ ਔਰਤਾਂ ਨੇ ਕੈਂਡਲ ਮਾਰਚ ਕੱਢ ਕੇ ਕੇਂਦਰ ਸਰਕਾਰ ਤੋਂ ਔਰਤਾਂ ਦੀ ਸੁਰੱਖਿਆ ਅਤੇ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਦੀ ਮੰਗ ਕੀਤੀ ਗਈ ਹੈ। ਸ਼ਹੀਦੀ ਪਾਰਕ 'ਚ ਇਕੱਤਰ ਹੋਈਆਂ ਸ਼ਹਿਰ ਦੀਆਂ ਔਰਤਾਂ ਨੇ ਮੰਗ ਕੀਤੀ ਹੈ ਕਿ ਭਾਰਤ ਦੇਸ਼ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹੈ, ਅਜਿਹੇ ਵਿੱਚ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾਏ ਮੌਤ ਦੇਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ। ਸਵਾਤੀ ਜੀ ਹੈ, ਉਹ ਕਈ ਦਿਨਾਂ ਤੋਂ ਅਨਸ਼ਨ 'ਤੇ ਬੈਠੀ ਹੋਏਗੀ, ਔਰ ਸਿਰਫ ਆਪਣੇ ਲਈ ਨਹੀਂ, ਉਹ ਪੂਰੇ ਦੇਸ਼ ਦੀ ਔਰਤ ਲਈ, ਉਹਨਾਂ ਦੀ ਸੁਰੱਖਿਆ ਲਈ ਉੱਥੇ ਬੈਠੇ ਹੋਏ ਹੈਗੇ। ਇਹੀ ਸੋਚ ਨਾਲ ਅਸੀਂ ਵੀ ਇੱਕ ਔਰਤ ਹਾਂ, ਇਹ ਸੋਚ ਕੇ ਅਸੀਂ ਉਹਨਾਂ ਦੇ ਨਾਲ ਖੜ੍ਹੀ ਹਾਂਗੇ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂਗੇ ਕਿ ਇੱਕ ਇਹੋ ਜਿਹਾ ਕਾਨੂੰਨ ਆਏ, ਕਿਉਂਕਿ ਕਾਨੂੰਨ ਤਾਂ ਹੈ ਬਟ ਉਹ ਲਾਗੂ ਨਹੀਂ ਹੁੰਦਾ ਕਿਤੇ ਨਾ ਕਿਤੇ। ਕਿਉਂ? ਕਿਉਂਕਿ ਲੋਕਾਂ ਨੂੰ ਡਰ ਹੀ ਨਹੀਂ ਹੈ। ਜਿਹੜੇ ਰੇਪਿਸਟ ਇੰਨੇ ਘੁੰਮ ਰਹੇ ਹੈਗੇ, ਆਪਾਂ ਦੇਖ ਦਿਆਂਗੇ ਕਿ ਲੜਕੀਆਂ ਨੂੰ ਕੋਈ ਡਰ ਹੀ ਨਹੀਂ ਹੈ। ਲੜਕੀਆਂ ਨੂੰ ਆਪਾਂ ਡਰਾ ਕੇ ਵੀ ਰੱਖ ਦਿਆਂਗੇ ਵੀ ਲੇਟ ਨਾਈਟ ਨਾ ਜਾਓ, ਉੱਥੇ ਨਾ ਜਾਓ, ਇੱਥੇ ਨਾ ਜਾਓ, ਬਟ ਲੜਕੀਆਂ ਨੂੰ ਕੋਈ ਪਾਬੰਦੀ ਨਹੀਂ ਹੈ। ਅਤੇ ਇਸਦਾ ਮੇਨ ਰੀਜ਼ਨ ਇਹੀ ਹੈ ਕਿਉਂਕਿ ਕੋਈ ਕਾਨੂੰਨ ਇਸ ਤਰ੍ਹਾਂ ਦਾ ਨਹੀਂ ਹੈ, ਕਿਉਂਕਿ ਜੇ ਇਸ ਤਰ੍ਹਾਂ ਦਾ ਡਰ ਬਣਿਆ ਹੋਵੇ ਕਿ ਔਨ ਦਾ ਸਪੋਟ ਵੀ ਇਸ 'ਤੇ ਐਕਸ਼ਨ ਲਿੱਤਾ ਜਾਊਗਾ, ਹੋ ਸਕਦਾ ਇਸ ਤਰ੍ਹਾਂ ਦੀ ਘਟਨਾਵਾਂ ਤੋਂ ਲੋਕ ਡਰ ਕੇ ਰਹਿਣ ਵੀ ਨਾ ਇਹੋ ਜਿਹਾ ਹੱਥ ਪਾਉਣ, ਬਟ ਲੜਕੀਆਂ ਨੂੰ ਆਪਾਂ ਪਾਬੰਦੀਆਂ ਲਾ ਦਿੰਦੇ ਹਾਂ, ਬੇਟਿਆਂ ਨੂੰ ਨਹੀਂ ਲਾਉਂਦੇ। ਔਰ ਇਹੋ ਜਿਹੀ ਸੋਚ ਵਾਲੇ ਲੋਕ, ਕ੍ਰਿਮੀਨਲ ਸੋਚ ਵਾਲੇ ਲੋਕ ਆਮ ਪਬਲਿਕ 'ਚ ਦੇਖਣ ਨੂੰ ਮਿਲਦੇ ਹੈਗੇ, ਔਰ ਮੈਂ ਚਾਹੁੰਦੀ ਹਾਂ ਕਿ ਕਾਨੂੰਨ ਇਸ ਤਰ੍ਹਾਂ ਦਾ ਲਾਗੂ ਹੋਏ ਕਿ ਲੋਕ ਡਰ ਕੇ ਰਹਿਣ। ਸਵਾਤੀ ਕਾਫੀ ਦਿਨਾਂ ਤੋਂ ਅਮਰਨ ਅਨਸ਼ਨ 'ਤੇ ਬੈਠੇ ਹੋਏ ਨੇ, ਤੁਹਾਨੂੰ ਲੱਗ ਰਿਹਾ ਕਿ ਇਸ ਕੈਂਡਲ ਮਾਰਚ ਨਾਲ ਸਪੋਰਟ ਮਿਲੇਗੀ? ਦੇਖੋ ਜੀ, ਜੇ ਇਸ ਤਰ੍ਹਾਂ ਦੇਖੀਏ ਵੀ ਮੈਨੂੰ ਨਹੀਂ ਲੱਗਦਾ ਵੀ ਇਸ ਤਰ੍ਹਾਂ ਦਾ ਕੈਂਡਲ ਜਗਾਉਣ ਨਾਲ ਕੋਈ ਫਰਕ ਪੈਂਦਾ, ਪਰ ਕਿਤੇ ਨਾ ਕਿਤੇ ਐਂ ਲੱਗਦਾ ਵੀ ਅਸੀਂ ਹੋਰ ਨਹੀਂ ਕੁਛ ਕਰ ਸਕਦੇ, ਅਸੀਂ ਉਹਨਾਂ ਨੂੰ ਇੱਕ ਹੌਂਸਲਾ ਤਾਂ ਦੇ ਸਕਦੇ ਹਾਂ ਕਿ ਹਰ ਇੱਕ ਔਰਤ ਉਹਨਾਂ ਦੇ ਨਾਲ ਹੈ। ਕਿਸ ਤਰ੍ਹਾਂ ਦਾ ਕਾਨੂੰਨ ਹੋਣਾ ਚਾਹੀਦਾ? ਕਾਨੂੰਨ ਦੇਖੋ ਜੀ, ਅਸੀਂ ਤਾਂ ਜੋ ਹੁਣ ਪਿੱਛੇ ਜੇ ਡਾਕਟਰ ਨਾਲ ਜੋ ਕਾਂਡ ਹੋਇਆ, ਠੀਕ ਹੈ, ਔਨ ਦਾ ਸਪੋਟ ਉਸ 'ਤੇ ਐਕਸ਼ਨ ਲਿੱਤਾ ਗਿਆ, 10ਵੇਂ ਦਿਨ ਉਹਨਾਂ ਨੂੰ ਹਥਿਆਰਾਂ ਨੂੰ ਉਹਨਾਂ ਦੀ ਸਜ਼ਾ ਮਿਲੀ, ਇਸ ਤਰ੍ਹਾਂ ਦਾ ਕਾਨੂੰਨ ਹੀ ਹੋਣਾ ਚਾਹੀਦਾ ਹੈਗਾ। ਔਰ ਇਸ ਤੋਂ ਛੋਟਾ ਮੋਟਾ ਕਾਨੂੰਨ ਦੇਖੋ, ਨਿਰਭਯਾ ਕਾਂਡ ਹੋਇਆ, 7 ਸਾਲ ਹੋ ਗਏ ਉਹਦੇ ਮਾਂ ਬਾਪ ਨੂੰ ਧੱਕੇ ਖਾਂਦੇ ਹੋਏ, ਹਜੇ ਤੱਕ ਉਹਨੂੰ ਕੋਈ ਨਿਆਂ ਨਹੀਂ ਮਿਲਿਆ, ਉਹ ਬੱਚੀ ਹਜੇ ਤੱਕ ਪਤਾ ਨਹੀਂ ਕਿੱਥੇ ਭਟਕਦੀ ਫਿਰਦੀ ਹੈ ਰੂਹਾਂ 'ਚ, ਕਿ ਉਹ ਇਸ ਤਰ੍ਹਾਂ ਹੀ ਰਹੇਗਾ? ਅਸੀਂ ਬੱਚੀਆਂ ਨਾਲ ਪਹਿਲਾਂ ਤਾਂ ਇਸ ਤਰ੍ਹਾਂ ਦੁਸ਼ਕਰਮ ਹੁੰਦੇ ਆ, ਫਿਰ ਉਹ ਉਹਨਾਂ ਦੇ ਮਾਂ ਬਾਪ, ਉਹਨਾਂ ਦਾ ਪਰਿਵਾਰ ਉਹ ਪੀੜਾ ਸਹਿੰਦਾ, ਰੋਜ਼ ਮਰਦਾ ਹੈਗਾ। ਅਸੀਂ ਚਾਹੁੰਦੇ ਹਾਂ ਇਹੋ ਜਿਹਾ ਕਾਨੂੰਨ ਨਾ ਆਏ ਕਿ ਔਨ ਦਾ ਸਪੋਟ ਹੀ ਐਕਸ਼ਨ ਲਿੱਤਾ ਜਾਵੇ। ਅੱਜ ਅਸੀਂ ਰੇਪ ਕੇਸਿਸ ਦੇ ਸੰਬੰਧ ਵਿੱਚ ਜਿਹੜੀਆਂ ਔਰਤਾਂ 'ਤੇ ਕਾਨੂੰਨ ਬਣਿਆ ਹੋਇਆ ਹੈਗਾ ਕਿ ਲੇਟ ਸਜ਼ਾ ਦੇਣੀ, ਜਾਂ ਉਸ ਦੇ ਵਿੱਚ ਸੰਬੰਧ ਵਿੱਚ ਜਾ ਹੈਗਾ ਇੰਨਾ ਜ਼ਿਆਦਾ ਡਿਲੇਟ ਪ੍ਰੋਸੈਸ ਚੱਲ ਰਿਹਾ, ਉਸਦੇ ਉਸਨੂੰ
ਇੱਕ ਕਾਨੂੰਨ ਸਮਾਬੰਧ ਕਾਨੂੰਨ ਦੇ ਵਿੱਚ ਬੰਨਣ ਲਈ ਸਵਾਤੀ ਮਾਲੀਵਾਲ ਜੀ ਉੱਥੇ ਬੈਠੇ ਹੈਗੇ ਜੰਤਰ ਮੰਤਰ 'ਤੇ, ਅਤੇ ਅਸੀਂ ਹਰ ਉਸ ਔਰਤ ਦੇ ਨਾਲ ਖੜ੍ਹੇ ਹਾਂ ਅੱਜ ਮੋਗਾ ਦੀਆਂ ਲੇਡੀਜ਼, ਕਿ ਇਸ ਕਾਨੂੰਨ ਨੂੰ ਜਲਦੀ ਤੋਂ ਜਲਦੀ ਕਿਸੇ ਸਮਾਬੱਧ ਕੀਤਾ ਜਾਵੇ। ਇਹ ਰੇਪ ਕੇਸਿਸ ਦੇ ਸੰਬੰਧ ਵਿੱਚ ਜਿਹੜੇ ਹੈਗੇ ਜਿੰਨੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ। ਇਸ ਸੰਬੰਧ ਵਿੱਚ ਅਸੀਂ ਅੱਜ ਕੈਂਡਲ ਮਾਰਚ ਕੱਢ ਰਹੇ ਹਾਂ ਲੇਡੀਜ਼। ਕਿਸ ਤਰ੍ਹਾਂ ਦੀ ਸਪੋਰਟ ਕਰ ਰਹੇ ਹੋ ਸਵਾਤੀ ਮਾਲੀਵਾਲ ਨੂੰ? ਅੱਜ ਉਹਨਾਂ ਦੀ ਤਬੀਅਤ ਵੀ ਖਰਾਬ ਹੈ, ਉੱਥੇ ਪਤਾ ਲੱਗਾ? ਅਸੀਂ ਹਰ ਔਰਤ ਉਹਨਾਂ ਦੇ ਨਾਲ ਖੜ੍ਹੀ ਹਾਂ ਇਸ ਸੰਬੰਧ ਵਿੱਚ। ਅਸੀਂ ਚਾਹੁੰਦੇ ਹੈਗੇ ਕਿ ਜੋ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ। ਨਿਰਭਯਾ ਕਾਂਡ ਹੋਇਆ ਹੈਗਾ ਉਹਦੇ ਸੰਬੰਧ ਵਿੱਚ ਕੋਈ ਅਜੇ ਤੱਕ ਉਹਨਾਂ ਨੂੰ ਸਮਾਬੰਧ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਹੈਗੀ। ਆ ਹੁਣ ਜਿਹੜੇ ਹੁਣ ਹੈਦਰਾਬਾਦ ਦਾ ਜਿਹੜੇ ਡਾਕਟਰ ਨਾਲ ਕਾਂਡ ਹੋਇਆ ਹੈਗਾ ਉਹਦੇ ਵਿੱਚ ਉਹਨਾਂ ਨੇ ਸਜ਼ਾ ਦਿੱਤੀ, ਅਸੀਂ ਬਹੁਤ ਉਸ 'ਤੇ ਲੇਡੀਜ਼ ਬਹੁਤ ਖੁਸ਼ ਹੈ। ਸਰ ਉਹਨਾਂ ਦੀ ਤਬੀਅਤ ਅੱਜ ਬਹੁਤ ਜ਼ਿਆਦਾ ਖਰਾਬ ਹੈ, ਮੈਂ ਵੀ ਤਾਂ ਇਹੀ ਸੁਣਿਆ ਕਿ ਉਹ ਆਈ ਸੀ ਯੂ 'ਚ ਵੀ ਹੈਗੇ ਆ, ਤਾਂ ਸਵੇਰ ਉਹਨਾਂ ਨੂੰ ਹੋਸਪਿਟਲਾਈਜ਼ ਕੀਤਾ ਗਿਆ। ਉਸ ਤੋਂ ਪਹਿਲਾਂ ਵੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਗਿਆ, ਤੰਗ ਕੀਤਾ ਗਿਆ ਕਿ ਉਹ ਉੱਥੋਂ ਰਾਜਘਾਟ ਤੋਂ ਉੱਠ ਕੇ ਉਹਨਾਂ ਰਾਜਘਾਟ ਜਾਣਾ ਪਿਆ। ਉਹਨਾਂ ਨੂੰ ਈਵਨ ਕਿ ਸਰਦੀ ਦੇ ਵਿੱਚ ਉਹਨਾਂ ਨੂੰ ਬਲੈਂਕਟ ਤੱਕ ਦੀ ਸੁਵਿਧਾ ਨਹੀਂ ਦਿੱਤੀ ਗਈ ਸੀਗੀ। ਅਸੀਂ ਸਾਥ ਇਹਨਾਂ ਦਾ ਇਹੀ ਦੇਈ ਜਾਂਦੇ ਹਾਂ ਕਿ ਬੈਠੇ ਕਿ ਅਸੀਂ ਉਹਨਾਂ ਨਾਲ ਹੈ, ਉਹ ਹਿੰਮਤ ਰੱਖਣ ਆਪਣੀ ਅਤੇ ਆਪਣੇ ਜਿਹੜੇ ਜਿਸ ਵੀ ਦ੍ਰਿੜ ਨਿਸ਼ਚੇ ਨਾਲ ਉਹਨਾਂ ਨੇ ਇਸ ਹੜਤਾਲ ਨੂੰ ਜਾਰੀ ਰੱਖਣ ਅਤੇ ਉਹਨਾਂ ਦੀ ਸਿਹਤ ਬਹੁਤ ਵਧੀਆ ਰਹੇ। ਕਿਸ ਤਰ੍ਹਾਂ ਦਾ ਕਾਨੂੰਨ ਚਾਹੀਦਾ ਮਹਿਲਾਵਾਂ ਦੇ ਹਿਸਾਬ ਨਾਲ, ਕਾਨੂੰਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਜਿਵੇਂ ਸਰ ਅਨਮੋਲ ਮੈਮ ਨੇ ਕਿਹਾ ਹੈ ਕਿ ਹਾਰਸ਼ ਕਾਨੂੰਨ ਹੋਣਾ ਚਾਹੀਦਾ ਹੈ, ਕਿ ਔਨ ਦੀ ਸਪੋਰਟ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ। ਜੇ ਔਨ ਦੀ ਸਪੋਰਟ ਉਹ ਇਹੋ ਜਿਹੇ ਗਲਤ ਕੰਮ ਕਰ ਸਕਦੇ ਹੈ ਤਾਂ ਸਰਕਾਰ ਦੇ ਕੋਲ ਵੀ ਉਹ ਹੱਕ ਹੈ, ਔਰ ਉਹ ਇਸ ਹੱਕ ਨੂੰ ਆਪਣੇ ਨੂੰ ਅਪਲਾਈ ਕਰ ਸਕਦੇ ਕਿ ਉਹ ਨਾਲ ਦੀ ਨਾਲ ਹੀ ਉਹਨਾਂ ਰੇਪਿਸਟ ਨੂੰ ਸਜ਼ਾ ਦੇਣ ਔਰ ਸਰੇਆਮ ਸਜ਼ਾ ਦੇਣ।